ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਐਸ ਐਚ ਐਸ ਜੀ ਕੇਅਰ ਸੈਂਟਰ ਮਦਰ ਏੜੀ ਤੋਂ ਜੁੜ ਗਏ ਹਾਂ। ਵੀਰ ਜੀ, ਕਿੱਥੋਂ ਆਏ ਮਾਤਾ ਜੀ? ਪਿੰਡ ਭਲਾਣ ਤੋਂ ਜੀ, ਜ਼ਿਲ੍ਹਾ ਰੂਪਨਗਰ ਜੀ, ਤਹਿਸੀਲ ਨੰਗਲ ਤੋਂ। ਕਿਆ ਹੋਇਆ ਮਾਤਾ ਜੀ ਨੂੰ? ਮਾਤਾ ਜੀ ਦੇ ਪੂਰੇ ਸਰੀਰ 'ਤੇ ਜੀ ਇਸ ਤਰ੍ਹਾਂ ਸੋਜਿਸ਼ ਪੈ ਗਈ ਜੀ, ਪੈਰਾਂ ਤੋਂ ਹੀ ਪੈ ਗਈ ਆ, ਇਸ ਤਰ੍ਹਾਂ ਛਾਲੇ ਬਣ ਕੇ ਫੁੱਟ ਰਹੀ ਸੀ। ਉਹ ਵਾਹਿਗੁਰੂ, ਇਹ ਜ਼ਖਮ ਬੜਾ ਤਾਂ ਪੂਰੀ ਬੋਡੀ 'ਚ ਜ਼ਖਮ ਇਕੱਲਾ ਹੀ ਹੋਇਆ ਜੀ, ਪਹਿਲੀ ਨਹੀਂ ਸੀਗਾ, ਛਾਲਾ ਬਣ ਕੇ ਫੁੱਟ ਗਿਆ ਜੀ, ਅਤੇ ਬੋਡੀ ਪੂਰੀ ਤੱਕ ਜੀ, ਉੱਪਰ ਤੱਕ, ਕਮਰ ਤੱਕ, ਛਾਤੀ ਸਹੀ ਆ ਹੁਣ। ਸੰਗਤ ਜੀ, ਦੋਨੋਂ ਸੈਂਟਰ ਪੈਂਥਪੁਰ ਔਰ ਰਤਵਾੜੇ ਵਾਲੇ ਫੁੱਲ ਰਹਿੰਦੇ ਸੀਗੇ, ਅਤੇ ਇੱਕ ਸੈਂਟਰ ਬੰਦ ਕਰ ਦਿੱਤਾ ਗਿਆ। ਫਿਲਹਾਲ ਅਸੀਂ ਜ਼ਿਲ੍ਹਾ ਮੋਹਾਲੀ ਦੇ ਵਿੱਚ, ਖਰੜ ਦੇ ਨੇੜੇ ਪੈਂਦਾ ਇਹ, ਜੇ ਤੁਸੀਂ ਦੇਖ ਪਾ ਰਹੇ ਹੋ ਉੱਪਰ ਬਡਾਲਾ ਰੋਡ ਖਰੜ ਦੇ ਲਾਗੇ, 4.5 ਕਿਲੋਮੀਟਰ ਹੈ ਨਾ, ਇੱਥੇ ਪੈਂਦਾ ਇਹ। ਨਵੀਂ ਬਿਲਡਿੰਗ 'ਚ ਸ਼ਿਫਟ ਕੀਤੇ ਹੋਏ ਆ, ਤੁਹਾਡੇ ਸਹਿਯੋਗ ਦੀ ਲਗਾਤਾਰ ਲੋੜ ਰਹਿੰਦੀ ਹੈ। ਪੇਸ਼ੈਂਟ ਆਲਰੇਡੀ ਭਰਨੇ ਸ਼ੁਰੂ ਹੋ ਚੁੱਕੇ ਆ, ਸੈਕਿੰਡ ਪੇਸ਼ੈਂਟ ਦਾ ਅਰਾਈਵਲ ਹੈ ਇਹ। ਵੀਰ ਹੁਣੀ ਪਹਿਲਾਂ ਵੀ ਇੱਕ ਮਾਤਾ ਨੂੰ ਭੇਜ ਚੁੱਕੇ ਨੇ, ਬੜਾ ਇਕੱਠਾ ਹੋ ਕੇ ਉੱਧਰ ਵੀ ਆਪਣੇ ਪਾਸੇ ਵੀ ਸੇਵਾ ਸਹਿਯੋਗ ਕਰਦੇ ਰਹਿੰਦੇ ਨੇ, ਨੰਗਲ ਸ਼ਹਿਰ ਤੋਂ ਹੈ ਨਾ। ਅਤੇ ਅੱਜ ਮਾਤਾ ਜੀ ਨੂੰ ਲੈ ਕੇ ਆਏ ਨੇ, ਅਤੇ ਐਜ਼ ਅ ਸੁਸਾਇਟੀ ਸਾਡਾ ਜ਼ਰੂਰ ਫਰਜ਼ ਬਣਦਾ, ਅਸੀਂ ਸੁਸਾਇਟੀ 'ਚ ਕੰਟਰੀਬਿਊਟ ਬੈਕ ਜ਼ਰੂਰ ਕਰਦੇ ਰਹੀਏ। ਮੈਨੂੰ ਲੱਗਦਾ ਕਿ ਲੋਕਾਂ ਨੂੰ ਲੱਗਦਾ ਕਿ ਇਹ ਸ਼ਾਇਦ ਸਾਰੇ ਵਿਹਲੇ ਹੀ ਹੈ, ਇਹਨਾਂ ਨੂੰ ਕੰਮ ਨਹੀਂ ਹੈ, ਜਿਹੜੇ ਸਮਾਜ ਸੇਵਾ ਦੇ ਵਿੱਚ ਸਹਿਯੋਗ ਕਰਦੇ ਰਹਿੰਦੇ ਹੈ ਨਾ। ਹਾਂਜੀ, ਇਸ ਤਰ੍ਹਾਂ ਦੇ ਕੁਝ ਲੋਕ ਹੈਗੇ ਜੀ ਭਾਜੀ, ਜਿਹੜੇ ਸਮਾਜ ਸੇਵਾ ਦੇ ਨਾਂ 'ਤੇ ਕਮੈਂਟ ਕਰਦੇ ਨੇ, ਅਤੇ ਸਮਾਜ ਸੇਵੀ ਪੈਸੇ ਬਣਾ ਰਹੇ ਜਾਂ ਕਿਸ ਤਰ੍ਹਾਂ, ਇਸ ਤਰ੍ਹਾਂ ਲੋਕ ਵੀ ਹੈਗੇ ਆ, ਉਹਨਾਂ ਨੂੰ ਇਹ ਕਹਿਣਾ ਚਾਹੁੰਦਾ, ਵਿਰੋਧ ਕਰਨ ਤੋਂ ਪਹਿਲੇ ਅਤੇ ਤੁਸੀਂ ਜੇ ਸੇਵਾ ਵੱਲ ਮੁੱਖ ਮੋੜ ਤਾਂ ਵਧੀਆ ਗੱਲ ਹੈ। ਇਹ ਚੀਜ਼ਾਂ ਤਾਂ ਨਾ ਵੀਰੇ ਪੈਸ਼ਨ ਨਾਲ ਔਰ ਜਨੂੰਨ ਨਾਲ ਹੁੰਦੀ ਹੈ ਨਾ, ਥੋੜ੍ਹਾ ਲੋਕ ਕਹਿੰਦੇ ਜਿਹਨੂੰ ਕਹਿੰਦੇ ਕਿ ਪਾਗਲਪਨ ਵੀ ਹੁੰਦਾ ਨਾ, ਤਾਂ ਹੀ ਇਹ ਚੀਜ਼ਾਂ ਹੋ ਪਾਉਂਦੀਆਂ ਨੇ ਨਾ। ਸੋ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾਰੀ ਸੇਵਾਵਾਂ ਦੇ ਵਿੱਚ ਸਹਿਯੋਗ ਪਾਇਆ ਜਾਂਦਾ ਹੈ। ਮਾਤਾ ਦੀ ਦੇਹ ਅਰੋਗਤਾ ਦੀ ਕਾਮਨਾ ਕਰਦੇ ਹੋਏ ਸੇਵਾ ਸਹਿਯੋਗ ਦੇ ਵਿੱਚ ਹਿੱਸਾ ਪਾਉਣ ਲੱਗੇ ਹਾਂ। ਸੋ ਵੀਰ ਜੀ ਦਾ ਬੜਾ ਧਿਆਨ ਧੰਨਵਾਦ ਹੈ। ਨੂਰਪੁਰ ਬੇਦੀ ਤੋਂ ਸਪੈਸ਼ਲ ਇਸ ਮੀਂਹ ਵਾਲੇ ਮੌਸਮ 'ਚ, ਜਿੱਥੇ ਆਪਾਂ ਰਜਾਈਆਂ 'ਚ ਬੈਠੇ ਨਿੱਘ ਮਾਣ ਰਹੇ ਹਾਂ ਨਾ, ਚਾਹ ਪੀ ਰਹੇ ਹਾਂ ਔਰ ਪਕੌੜੇ ਖਾ ਰਹੇ ਹਾਂ, ਉੱਥੇ ਇਹ ਇੰਨੀ ਦੂਰੋਂ ਆਏ ਨੇ, ਹੈ ਨਾ। ਉਹ ਤੁਹਾਡੇ ਵਾਲੇ ਪਾਸੇ ਹੋਰ ਵੀ ਜ਼ਿਆਦਾ ਠੰਡ ਹੈ ਮੈਨੂੰ ਲੱਗਦਾ। ਇਹਨਾਂ ਦੇ ਵੀ ਘਰ ਪਰਿਵਾਰ ਨੇ, ਇਹ ਵੀ ਰਜਾਈ 'ਚ ਬੈਠ ਸਕਦੇ, ਬਟ ਬੜਾ ਸ਼ੁਕਰ ਹੈ, ਦਇਆ ਦਾ ਭਾਵ ਪਰਮਾਤਮਾ ਨੇ ਉਸਾਰਿਆ ਹੋਇਆ ਨਾ। ਭਾਜੀ ਸਵਰਨਜੀਤ ਭਾਅ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਅਤੇ ਜਿਨ੍ਹਾਂ ਨੇ ਸਾਡੀ ਕੋਲ ਅਤੇ ਸਾਨੂੰ ਆਉਣ ਵਾਸਤੇ ਤੁਸੀਂ ਮੌਕਾ ਦਿੱਤਾ। ਇਹਨਾਂ ਦੇ ਬੱਚੇ ਕਿੱਥੇ ਨੇ ਵਾਹਿਗੁਰੂ? ਇਹਨਾਂ ਦਾ ਬੇਟਾ ਜੀ, ਹਾਂ, ਇਹ ਹੈਂਡੀਕੈਪਟ ਇੱਕ ਲੱਤ ਹੋ ਜੀ, ਇੱਕ ਬੇਟੇ ਦੀ ਡੈਥ ਹੋ ਗਈ ਜੀ। ਇਹਨਾਂ ਦੇ ਨਾਲ ਕੋਈ ਰਹਿਣ ਵਾਲਾ ਨਹੀਂ? ਰਹਿਣ ਵਾਲਾ ਨਹੀਂ, ਇਹਨਾਂ ਦੇ ਨਾਲ ਨਹੀਂ ਹੈ, ਰਹਿਣ ਵਾਲਾ ਨਹੀਂ। ਅਤੇ ਬੇਰੁਜ਼ਗਾਰ, ਇਹ ਮਲ ਮੂਤਰ ਦਾ ਤਿਆਗ ਖੁਦ ਕਰ ਲੈਂਦੇ ਜਾ ਕੇ, ਜੇ ਸਹਾਰਾ ਦਈਏ ਸਹਾਰਾ ਦੇ, ਹਾਂਜੀ, ਫਿਰ ਕਰ ਲੈਂਦੇ ਆ। ਮਾਤਾ ਜੀ ਨਾਮ ਕਿਆ ਜੀ ਆਪਣਾ? ਬਿੰਦਰਾ ਦੇ। ਕਿੰਨੀ ਕੁ ਉਮਰ ਹੈ, ਮੈਂ ਤੁਹਾਨੂੰ ਯਾਦ ਹੈ? 65 ਤੋਂ 70 ਸਾਲ ਦੇ ਆ, ਜਿਹੜਾ ਹੱਲੇ ਪਏ ਆ ਪੰਜਾਬ 'ਚ ਆਜ਼ਾਦੀ ਦੇ, ਉਸ ਤੋਂ ਪਹਿਲਾਂ ਦਾ ਜਨਮ ਹੈ, ਬਾਅਦ ਦਾ? 47 ਦਾ ਜਨਮ ਆ, ਪੂਰਾ ਪੂਰਾ। ਅੱਛਾ, ਹੱਲਿਆਂ ਦੇ ਵਿੱਚ ਪਿਆ ਹੋਇਆ, ਹਾਂ, ਮੈਂ ਸਮਝਦਾ, ਮੈਂ ਸਮਝਦਾ ਜੀ, ਬਿਲਕੁਲ ਸਮਝਦਾ, 65-70 ਦੇ ਵਿੱਚ ਆ। ਚਲੋ ਸ਼ੁਕਰ ਹੈ ਜੀ, ਹੈ ਨਾ। ਅਸੀਂ ਇਹਨਾਂ ਦੇ ਨਗਰ ਤੋਂ, ਜਿਨ੍ਹਾਂ ਨੇ ਇਸ ਸਮੇਂ ਚਲੋ ਕੋਲ ਕਰਦੇ ਰਹੇ, ਇੱਕ ਹਫ਼ਤਾ ਕੋਲ ਕਰਦੇ ਰਹੇ ਭਾਅ ਜੀ, ਸਾਡੇ ਵਾਸਤੇ ਥੋੜ੍ਹਾ ਜਿਹਾ ਹੋ ਜਾਂਦਾ, ਕਿਉਂਕਿ ਅੱਜ ਤੱਕ ਤੁਹਾਡੀ ਜਿਹੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ, ਪਰ ਸਾਡੇ ਨਾਲ ਹੀ ਕੰਟੈਕਟ ਹੋ ਜਾਂਦੇ ਆ, ਕਰ ਰਹੇ ਆ। ਵਾਹਿਗੁਰੂ, ਤੁਹਾਡਾ ਵੀਡੀਓ ਸ਼ੇਅਰ ਕਰਨਾ ਕਿਉਂ ਜ਼ਰੂਰੀ ਹੁੰਦਾ ਕਿ
ਅਸੀਂ ਐਜ਼ ਅ ਟੀਮ ਕਰ ਪਾਉਂਦੇ ਹਾਂ। ਇਹਨਾਂ ਦਾ ਰੋਲ ਆਪਣਾ ਹਿੱਸਾ, ਸਾਡਾ ਆਪਣਾ ਰੋਲ ਦਾ ਹਿੱਸਾ, ਇਹ ਐਜ਼ ਅ ਟੀਮ ਇਕੱਠਾ ਹੋ ਕੇ ਹੋ ਪਾਉਂਦਾ। ਬਹੁਤ ਵਾਰ ਤੁਸੀਂ ਸੜਕ ਤੋਂ ਨਿਕਲ ਰਹੇ ਹੋ, ਤੁਸੀਂ ਦੇਖਦੇ ਹੋ ਕਿ ਕੋਈ ਇੱਦਾਂ ਦੀ ਹਾਲਾਤ ਦੇ ਵਿੱਚ ਮਾੜੇ ਹਾਲਾਤਾਂ 'ਚ ਪਿਆ, ਸੋਚਦੇ ਹੋ ਕਿਆ ਕਰੀਏ, ਹੈ ਨਾ, ਕੀ ਨਾ ਕਰੀਏ। ਅਸੀਂ ਭਾਅ ਜੀ, ਮੈਂ ਸਮੂਹ ਸੰਗਤ ਨੂੰ, ਕਿਉਂਕਿ ਨੂਪੁਰ ਬੇਦੀ ਨੰਗਲ ਸ਼ਹਿਰ ਦੀ ਜਿੰਨੀ ਸੰਗਤ ਹੈ, ਜਿਹਦੇ ਸੇਵਾ ਅਸੀਂ ਵੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਸਹੀ ਜਗ੍ਹਾ 'ਤੇ ਤੁਸੀਂ ਜ਼ਰੂਰ ਆਪਣਾ ਦਸਵੰਧ ਦਿਓ। ਪਹਿਲੇ ਮਾਤਾ ਜੀ ਜੋ ਨੰਗਲ ਸ਼ਹਿਰ ਤੋਂ ਲੈ ਕੇ ਆਏ, ਉਹਦੀ ਲੱਤ ਗੋਡੇ ਤੱਕ ਜਿਹੜੀ ਅੰਦਰ ਚੱਲਦੇ ਦਿਖਾਉਣਾ, ਆਪਰੇਸ਼ਨ ਹੋਇਆ ਅਤੇ ਅੱਜ ਦੂਸਰਾ ਪੇਸ਼ੈਂਟ, ਅੱਜ ਮਾਤਾ ਜੀ ਸਾਡੇ ਨੇ ਇੰਨੀ ਤੰਦਰੁਸਤੀ ਵਾਸਤੇ ਆਪਣੀ ਨੇਕ ਕਮਾਈ ਜ਼ਰੂਰ ਨੈਕਸਟ ਕਿਸੇ ਪਹਿਲੀ ਗੱਲ ਲੋੜ ਨਾ ਪਵੇ, ਅਗਰ ਲੋੜ ਪੈਂਦੀ ਹੈ ਉਸ ਮਰੀਜ਼ ਦਾ, ਕਿਸੇ ਭੈਣ ਭਰਾ ਦਾ ਭਲਾ ਹੋਵੇ। ਕੁਛ ਕੰਮ ਚੱਲ ਰਿਹਾ ਤਾਂ ਕਰਕੇ ਗੇਟ 'ਚ ਬੰਦ ਕੀਤਾ ਹੋਇਆ। ਬਹੁਤ ਸਾਰੇ ਲੋਕਾਂ ਨੂੰ ਸਹਾਰੇ ਦੀ ਲੋੜ ਪੈ ਰਹੀ ਹੈ, ਹੈ ਨਾ, ਅਣਗਿਣਤ ਲੋਕਾਂ ਨੂੰ, ਬਟ ਰਲ ਮਿਲ ਕੇ ਕਿਤੇ ਨਾ ਕਿਤੇ ਕੁਛ ਨਾ ਕੁਛ ਮੋਢਾ ਲਾਉਣ ਦੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ। ਸੋ ਜ਼ਰੂਰ ਸੇਵਾ ਦੇ ਵਿੱਚ ਮੋਢਾ ਲਾਇਆ ਕਰੋ, ਬਹੁਤ ਲੋੜ ਹੈ ਇੱਥੇ, ਹੈ ਨਾ, ਹਰ ਤਰ੍ਹਾਂ ਦੀ ਚੀਜ਼ਾਂ ਦੀ।